ਇਹ ਬੇਨਤੀ ਜੋ ਕਿ ਐਤਵਾਰ ਵਾਲੇ ਦਿਨ ਸ਼ੁਭਕਰਨ ਸਿੰਘ ਜੋ ਖਨੌਰੀ ਬਾਰਡਰ 'ਤੇ ਸ਼ਹੀਦ ਹੋ ਗਿਆ ਸੀ ਉਹਦੀ ਅੰਤਮ ਅਰਦਾਸ ਭੋਗ ਪਿਆ ਸੀ ਦਾਣਾ ਮੰਡੀ ਦੇ ਵਿੱਚ। ਸੋ ਦਾਣਾ ਮੰਡੀ ਦੇ ਵਿੱਚ ਜੋ ਭੋਗ ਪਿਆ ਸੀ, ਭੋਗ ਦੇ ਸਮੇਂ ਸੰਗਤਾਂ ਨੇ ਮੱਥਾ ਟੇਕਿਆ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਜੋ ਗੋਲਕ ਦੇ ਵਿੱਚ ਚੜਾਵਾ ਹੋਇਆ ਗਾ। ਸੋ ਉਹਦੇ ਸੰਬੰਧੀ ਬੇਨਤੀ ਆ ਭਾਈ ਨਗਰ ਦੇ ਕੁਝ ਪਤਵੰਤੇ ਸੱਜਣ ਵੀ ਭੋਗ 'ਤੇ ਖਰਚਾ ਜ਼ਿਆਦਾ ਆਉਣ ਕਰਕੇ ਜਾਂ ਕੋਈ ਹੋਰ ਕਾਰਨਾਂ ਕਰਕੇ ਉਹ ਮੱਥਾ ਟਿਕਾਈ ਵਾਲੇ ਪੈਸੇ ਮੰਗ ਰਹੇ ਹਨ, ਉਹਦੇ ਸੰਬੰਧੀ ਗੁਰਦੁਆਰਾ ਅਕਾਲਸਰ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਨੂੰ 9 ਵਜੇ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਗਾ। ਸੋ ਸਾਰੇ ਨਗਰ ਨਿਵਾਸੀਆਂ ਨੇ ਘਰ ਘਰ ਦਾ ਬੰਦਾ ਭਾਈ ਸਵੇਰੇ ਇਕੱਠ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਅਤੇ ਨਾਲੇ ਭਾਈ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਮੈਂਬਰ ਅਤੇ ਜੋ ਭਾਈ ਇਹ ਰੌਲਾ ਚੱਲ ਰਿਹਾ ਗਾ ਗੁਰੂ ਘਰ ਤੋਂ ਜੋ ਮੱਥਾ ਟਿਕਾਈ ਹੋਈ ਸੀ ਉਹ ਪੈਸਿਆਂ ਦਾ, ਉਹਦੇ ਸੰਬੰਧੀ ਜਿਵੇਂ ਨਗਰ ਫੈਸਲਾ ਕਰੂਗਾ ਉਵੇਂ ਕੀਤਾ ਜਾਊਗਾ। ਸੋ ਇਸ ਕਰਕੇ ਭਾਈ ਕੱਲ੍ਹ ਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਅਕਾਲਸਰ ਸਾਹਿਬ ਤੋਂ ਇਕੱਠ ਰੱਖਿਆ ਗਿਆ ਗਾ, ਸਵੇਰੇ ਭਾਈ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇੱਕ ਨਾ ਆਡੀਓ ਵਾਇਰਲ ਹੋ ਰਹੀ ਆ ਆਪਣੇ ਗੁਰਦੁਆਰਾ ਸਾਹਿਬ ਤੋਂ, ਅਨਾਉਂਸਮੈਂਟ ਕੀਤੀ ਗਈ ਆ ਸ਼ੁਭ ਕਰਨ ਦੇ ਭੋਗ ਵਾਲੇ ਮੈਟਰ ਦੀ। ਹਾਂਜੀ ਹਾਂਜੀ, ਉਹ ਕੀ ਮਸਲਾ ਹੈ ਜੀ? ਉਹ ਜਿਹੜੇ ਸਿੱਧੂਪੁਰ ਜਥੇਬੰਦੇ ਸਾਡੇ ਪਿੰਡ ਵਾਲੇ ਜੀ, ਹਾਂਜੀ ਹਾਂਜੀ, ਉਹ ਸਾਡੇ ਪਾਠ ਪ੍ਰਕਾਸ਼ ਹੋਇਆ ਸੀ ਸ਼ੁਭ ਕਰਨ ਦੇ ਘਰੇ ਜੀ। ਹਾਂਜੀ ਹਾਂਜੀ, ਖੰਡ ਪਾਠ ਪ੍ਰਕਾਸ਼ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਉੱਥੋਂ ਛੋਟੀ ਅਰਦਾਸ ਕਰਕੇ ਮੰਡੀ ਚ ਭੋਗ ਪਾਇਆ ਸੀ ਤੁਸੀਂ? ਮੰਡੀ ਚ ਭੋਗ ਪਾਇਆ ਸੀ। ਹਾਂਜੀ 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 ਹਾਂਜੀ, ਤੇ ਉੱਥੇ ਹੁਣ ਸਾਡੀ ਗੋਲਕ ਸੀਗੀ ਜੀ ਗੁਰੂ ਘਰ ਦੀ ਜੀ। ਹਾਂਜੀ, ਤੇ ਉਦੋਂ ਬਾਅਦ ਅਸੀਂ ਗੋਲਕ ਚੱਕ ਕੇ ਉੱਥੇ ਜਾਣੀ ਸੀ ਜਿੱਥੇ ਆਪਣੇ ਸਥਾਨ ਤੇ ਜੀ। ਠੀਕ ਹੈ ਜੀ। ਤੇ ਉਹਨਾਂ ਨੇ ਚਿੱਤ ਚ ਵਹਿਮ ਹੋ ਗਿਆ ਵੀ ਸਾਹਮਣੇ ਕਿੰਨੇ ਕੁ ਚੜਾਵਾ ਹੋਗਾ ਸਾਡਾ, ਕਿੰਨਾ ਇਕੱਠ ਸੀਗਾ ਜੀ। ਠੀਕ ਹੈ ਜੀ। ਤੇ ਸਾਨੂੰ ਉਹ ਕਹਿੰਦੇ ਜੀ ਸਾਨੂੰ ਪੈਸੇ ਦਿਓ ਜੀ ਗੋਲਕ ਦਾ, ਵੀ ਸਾਡਾ ਖਰਚਾ ਹੋਇਆ ਜੀ। ਅੱਛਾ ਜੀ। ਮੈਂ ਕਿਹਾ ਜੀ ਇਹ ਤਾਂ ਗੋਲਕ ਤੇ ਗੁਰੂ ਘਰ ਨੂੰ ਮੱਥਾ ਟੇਕਿਆ, ਤੁਹਾਨੂੰ ਤਾਂ ਨਹੀਂ ਟੇਕਿਆ ਕਿਸੇ ਨੂੰ? ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜੀ। ਠੀਕ ਹੈ ਜੀ। ਸਾਡੇ ਨਾਲ ਉਹਨਾਂ ਨੇ 2-3 ਦਿਨ ਬਹਿਸ ਕਰੀ, ਮੈਂ ਕਿਹਾ ਜੀ ਮੈਂ ਤਾਂ ਸਾਰੀ ਕਮੇਟੀ ਨਾਲ ਪਿੰਡ ਨਾਲ ਰਾਇ ਕਰਕੇ ਤੁਹਾਨੂੰ ਦੱਸੂਗਾ ਜੀ। ਅੱਛਾ ਜੀ। ਤੇ ਅੱਜ ਉਹਦੇ ਬਾਰੇ ਇਕੱਠ ਸੀਗਾ ਸਾਡੇ ਪਿੰਡ 'ਚ। ਠੀਕ ਹੈ ਜੀ। ਤੇ ਉਹਦੇ ਗੋਲਕ 'ਚ ਪੈਸੇ ਮੰਗਦੇ ਸੀਗੇ ਜੀ ਉਹ। ਨਹੀਂ ਹੁਣ ਕੀ ਨਿਬੜਿਆ ਜੀ ਜਿਹੜਾ ਤੁਸੀਂ ਅੱਜ ਇਕੱਠ ਰੱਖਿਆ ਸੀ ਸਵੇਰੇ 9 ਵਜੇ? ਤੇ ਉਹ ਬੰਦੇ ਆਏ ਨਹੀਂ ਹੈਗੇ ਜੀ ਸਿੱਧੂਪੁਰ ਦੇ ਕੋਈ, ਅਸੀਂ ਰੱਖਿਆ ਸੀ ਵੀ ਆ ਕੇ ਸਾਨੂੰ ਵੀ ਉਹ ਕਰੋ, ਪਿੰਡ ਨੇ ਪੁੱਛਣ ਲੱਗ ਗਏ ਉਹ ਕਰੋ, ਮੁੜ ਕੇ ਆਏ ਨਹੀਂ ਹੈਗੇ ਜੀ ਉਹ। ਅੱਛਾ ਜੀ, ਠੀਕ ਹੈ ਜੀ। ਹਾਂਜੀ ਹਾਂਜੀ। ਤੇ ਹੁਣ ਅੱਗੇ ਕੀ ਵਿਚਾਰ ਹੈ ਜੀ ਇਸ ਚੀਜ਼ ਨੂੰ ਲੈ ਕੇ? ਹੁਣ ਤਾਂ ਜੀ ਸਾਡਾ ਫਿਰ ਹੋ ਗਿਆ, ਪਿੰਡ ਕਹਿੰਦਾ ਵੀ ਆਪਾਂ ਜਥੇਬੰਦੀ ਨੂੰ 5 ਪੈਸੇ ਵੀ ਦੇਣੇ ਜੀ। ਠੀਕ ਹੈ ਜੀ। ਤੇ ਸ਼ੁਭਕਰਨ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਟਿੱਪਣੀ ਕੀਤੀ ਹੋਵੇ ਇਸ ਮਸਲੇ ਨੂੰ ਲੈ ਕੇ? ਸ਼ੁਭਕਰਨ ਦੇ ਪਰਿਵਾਰ ਦੇ ਘਰੇ ਵੀ ਗਏ ਸੀਗੇ ਜੀ ਉਹ, ਵੀ ਸਾਨੂੰ ਹਿੱਸਾ ਦਵਾਓ ਜੀ ਗੁਲਕ ਚੋਂ, ਵੀ ਸਾਨੂੰ ਪੈਸੇ ਦਵਾਓ ਜੀ, 1,00,000 ਰੁਪਇਆ ਮੰਗਦੇ ਸੀ, 1,00,000 ਰੁਪਇਆ ਡਿਮਾਂਡ ਕਰ ਰਹੇ ਸੀ ਮੇਰੇ ਕੋਲੋਂ। ਅੱਛਾ ਜੀ। ਤੇ ਉਹ ਕਹਿੰਦੇ ਵੀ ਜੀ ਨਹੀਂ ਉਹ ਤਾਂ ਗੁਰੂ ਘਰ ਦੇ ਪੈਸੇ ਆ ਜੀ, ਵੀ ਅਸੀਂ ਉਹਨਾਂ 'ਚ ਤਾਂ ਕੋਈ ਗੱਲ ਉਹ ਕਰ ਨਹੀਂ ਸਕਦੇ ਜੀ। ਠੀਕ ਹੈ ਜੀ। ਤੇ ਅੱਜ ਫਿਰ ਮੈਂ ਜਦੋਂ ਇਕੱਠ ਹੋ ਕੇ ਕਰਕੇ ਪਿੰਡ ਦਾ ਉੱਥੇ ਸਾਰੇ ਗੁਲਕ ਵੀ ਗਿਣਤੀ,
ਠੀਕ ਹੈ ਜੀ। ਤੇ ਇਹ ਤਾਂ 4 ਲੱਖ ਕੋਈ 5 ਕਹਿੰਦਾ ਸੀ, 4 ਕਹਿੰਦਾ ਸੀ, 5 ਕਹਿੰਦਾ ਸੀ, ਤੇ 90,000 ਰੁਪਇਆ ਗੋਲਕ ਚੋਂ ਨਿਕਲਿਆ ਜੀ, 90,000 ਗੋਲਕ ਚੋਂ ਨਿਕਲਿਆ, 1 ਲੱਖ ਰੁਪਇਆ ਕਿਸਾਨ ਜਥੇਬੰਦੀ ਤੁਹਾਡੇ ਤੋਂ ਮੰਗਦੀ ਸੀਗੀ। ਮੰਗ ਕਰ ਰਹੀ ਸੀ। ਹਾਂਜੀ ਹਾਂਜੀ ਅੱਛਾ, ਫਿਰ ਹੁਣ ਹਾਂਜੀ, ਅੱਗੇ ਕੀ, ਜੇ ਦੁਬਾਰਾ ਤੁਹਾਡੇ ਕੋਲ ਆਉਂਦੇ ਆ ਤੇ ਤੁਹਾਡੇ ਵੱਲੋਂ ਕਿਹੋ ਜਿਹਾ ਐਕਸ਼ਨ ਪਲਾਨ ਰੱਖਿਆ ਗਿਆ? ਉਹ ਸਾਨੂੰ ਪਿੰਡ ਨੇ ਸਾਰਿਆਂ ਨੇ ਮਤਾ ਪਾ ਕੇ ਕਹਿਤਾ ਵੀ ਇਹਨੂੰ 5 ਪੈਸੇ ਵੀ ਦੇਣੇ ਜੀ। ਠੀਕ ਹੈ ਜੀ, ਧੰਨਵਾਦ ਪ੍ਰਧਾਨ ਜੀ, ਧੰਨਵਾਦ।